ਤੁਸੀਂ ਵੇਖ ਰਹੇ ਹੋ ਬ੍ਰਾਂਡ ਨਿਊ ਐਪੀਸੋਡ ਆਫ ਸੀਨ ਅਨਸੀਨ। ਸੋ ਅੱਜ ਸਾਡੇ ਨਾਲ ਜਿਹੜੇ ਆਰਟਿਸਟ ਮੌਜੂਦ ਨੇ ਉਹਨਾਂ ਦੇ ਗਾਣੇ ਨਾ ਜਦੋਂ ਲਿਖਦੇ ਨੇ ਤੇ ਜਦੋਂ ਆਰਟਿਸਟ ਗਾਣੇ ਗਾਉਂਦਾ ਹੈ ਤਾਂ ਮੈਂ ਕਿਹਾ ਧੁੰਮਾਂ ਪੈ ਜਾਂਦੀਆਂ ਨੇ ਹਰ ਪਾਸੇ। ਸੋ ਅੱਜ ਅਸੀਂ ਵੈਲਕਮ ਕਰ ਰਹੇ ਹਾਂ ਨਵੀਂ ਫਿਰੋਜ਼ਪੁਰ ਵਾਲਾ ਜੀ ਦਾ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਕਿਵੇਂ ਹੋ ਜੀ ਤੁਸੀਂ? ਬਹੁਤ ਵਧੀਆ, ਤੁਸੀਂ ਠੀਕ ਹੋ? ਬਹੁਤ ਵਧੀਆ। ਵੈਸੇ ਨਾ ਅਸੀਂ ਜਦੋਂ ਗੱਲ ਕਰਦੇ ਹਾਂ ਕਿ ਤੁਸੀਂ ਗਾਣੇ ਲਿਖਦੇ ਹੋ ਤੇ ਆਰਟਿਸਟ ਉਹ ਗਾਉਂਦਾ, ਪਰ ਹਾਲ ਹੀ ਦੇ ਵਿੱਚ ਤੁਸੀਂ ਆਪਣਾ ਸਿੰਗਿੰਗ ਦੇ ਵਿੱਚ ਵੀ ਡੈਬਿਊ ਕਰ ਲਿਆ ਤੇ ਅਸੀਂ ਸੁਣਿਆ ਕਿ ਲੋਕਡਾਊਨ ਲੱਗਾ ਹੋਇਆ ਸੀ, ਤੁਸੀਂ ਸੋਚਿਆ ਕਿ ਯਾਰ ਹੁਣ ਮੈਨੂੰ ਵੀ ਕੁਝ ਕਰ ਲੈਣਾ ਚਾਹੀਦਾ। ਸੋ ਇਹ ਜਿਹੜਾ ਸਿੰਗਿੰਗ ਦਾ ਸ਼ੌਂਕ ਹੋਇਆ ਤੁਹਾਨੂੰ ਲੋਕਡਾਊਨ ਦੇ ਵਿੱਚ ਹੋਇਆ ਕਿ ਇਸ ਤੋਂ ਪਹਿਲਾਂ ਵੀ ਸੀਗਾ? ਨਹੀਂ, ਮਤਲਬ ਸ਼ੌਂਕ ਤੇ ਵੇਖੋ ਪਹਿਲਾਂ ਤੋਂ ਹੀ ਆ, ਬਟ ਪਹਿਲਾਂ ਮੈਨੂੰ ਲੱਗ ਰਿਹਾ ਸੀ ਕਿ ਹਾਲੇ ਉਹ ਵੋਕਲ ਟੈਕਸਚਰ ਉਹ ਨਹੀਂ ਨਿਕਲ ਰਿਹਾ ਜਿਹੜਾ ਹੋਣਾ ਚਾਹੀਦਾ ਐਜ਼ ਅ ਸਿੰਗਰ। ਔਰ ਫਿਰ ਇੱਥੇ ਥੋੜ੍ਹੇ ਗਾਣੇ ਗੁਣੇ ਅਸੀਂ ਡੰਮੀਜ਼ ਵਗੈਰਾ ਕਰ ਰਹੇ ਸੀ ਕਾਫੀ ਟਾਈਮ ਤੋਂ, ਪਰ ਮੈਨੂੰ ਲੱਗਿਆ ਕਿ ਇਹ ਰਿਲੀਜੀਅਸ ਟਰੈਕ ਆ ਔਰ ਇਹ ਵਧੀਆ ਤੇ ਕਰ ਲੈਣਾ ਚਾਹੀਦਾ, ਔਰ ਬਾਬੇ ਦੇ ਨਾਂ ਨਾਲ ਸ਼ੁਰੂ ਕੀਤਾ। ਸੋ ਵਧੀਆ ਹੋਇਆ ਜੀ। ਜਦੋਂ ਰਿਸਪੌਂਸ ਮਿਲਿਆ ਤਾਂ ਤੁਹਾਨੂੰ ਲੱਗਿਆ ਕਿ ਹੁਣ ਅੱਗੇ ਮੈਨੂੰ ਇਹ ਚੀਜ਼ ਕਰਨੀ ਚਾਹੀਦੀ ਹੈ? ਹਾਂ, ਡੈਫੀਨੇਟਲੀ ਕਰਨਾ ਚਾਹੀਦਾ, ਕਿ ਨਾਲੇ ਹੌਲੀ ਹੌਲੀ ਸਾਰੇ ਰਾਈਟਰਸ ਨੂੰ ਅੱਗੇ ਵਧੀਆ ਆਡੀਅੰਸ ਐਕਸੈਪਟ ਕਰ ਰਹੀ ਹੈ, ਔਰ ਮੈਨੂੰ ਲੱਗਿਆ ਕਿ ਮੈਂ ਕਿਉਂ ਪਿੱਛੇ ਰਹਾਂ। ਜੀ ਜੀ। ਤੇ ਆਪਾਂ ਜਦੋਂ ਲਿਰਿਸਿਸਟ ਦੀ ਗੱਲ ਕਰਦੇ ਹਾਂ ਤਾਂ ਹਮੇਸ਼ਾ ਇਹੀ ਦਿਮਾਗ ਦੇ ਵਿੱਚ ਆਉਂਦਾ ਹੈ ਕਿ ਲਿਰਿਸਿਸਟ ਨਾ ਆਪਣੇ ਗਾਣੇ ਲਿਖ ਦਿੰਦਾ ਹੈ ਤਾਂ ਆਰਟਿਸਟ ਨੂੰ ਦੇ ਦਿੰਦਾ ਹੈ ਤੇ ਆਰਟਿਸਟ ਉਹ ਗਾਣੇ ਗਾ ਦਿੰਦਾ ਹੈ, ਪਰ ਇਹ ਨਹੀਂ ਪਤਾ ਕਿ ਇੱਕ ਗਾਣੇ ਦੇ ਪਿੱਛੇ ਕਿੰਨੀ ਮਿਹਨਤ ਹੁੰਦੀ ਹੈ। ਤਾਂ ਜਦੋਂ ਤੁਸੀਂ ਕੋਈ ਗਾਣਾ ਲਿਖਦੇ ਹੋ ਤੁਹਾਨੂੰ ਕਿੰਨਾ ਟਾਈਮ ਲੱਗਦਾ ਇੱਕ ਗਾਣਾ ਲਿਖਣ ਲਈ? ਵੈਸੇ ਕੋਈ ਐਸ ਐਵੇਂ ਮਤਲਬ ਕੋਈ ਪਲੈਨਡ ਚੀਜ਼ਾਂ ਨਹੀਂ ਹੁੰਦੀਆਂ। ਹੁਣ ਚਲੋ ਥੋੜ੍ਹਾ ਜਿਵੇਂ ਜਿਵੇਂ ਕੰਮ ਪ੍ਰੋਫੈਸ਼ਨਲੀ ਹੋ ਗਿਆ ਕੁਛ ਚੀਜ਼ਾਂ ਪਲੈਨਿੰਗ ਨਾਲ ਵੀ ਹੋ ਰਹੀਆਂ, ਬਟ ਜਦੋਂ ਕ੍ਰੀਏਟਿਵਿਟੀ ਆਉਂਦੀ ਹੈ ਹਨਾ, ਉਹ 2-3 ਮਿੰਟ 'ਚ ਹੋ ਜਾਂਦਾ ਗਾਣਾ ਕੰਪਲੀਟ, ਕੋਈ ਇੰਨਾ ਨਹੀਂ ਹੈ। ਹਾਂ, ਜੇ ਕਦੇ ਕਦੇ ਧੱਕੇ ਨਾਲ ਜਿਵੇਂ ਕੋਈ ਟੌਪਿਕ 'ਤੇ ਜਾਂ ਫਿਲਮਾਂ ਦੇ ਗਾਣੇ ਜਾਂ ਕੁਛ ਵੀ, ਉਹਦੇ ਲਈ ਟਾਈਮ ਲਾ ਵੀ ਦਿੰਦੇ ਹਾਂ, ਅਦਰਵਾਈਜ਼ ਗਾਣੇ 'ਤੇ ਕੋਈ ਇੰਨਾ ਖਾਸ ਟਾਈਮ ਲੱਗਦਾ ਨਹੀਂ ਹੈ। ਜੇ 2-3 ਮਿੰਟ ਦੀ ਗੱਲ ਉਹ ਕੰਪਲੀਟ ਹੋ ਜਾਂਦਾ। ਤੁਸੀਂ ਕਿਹੋ ਜਿਹੇ ਲਿਖਾ ਰਹੇ ਹੋ, ਜੋ ਡਾਇਰੀ ਤੇ ਲਿਖਦੇ ਨੇ ਜਾਂ ਫਿਰ ਕੰਪਿਊਟਰ ਦਾ ਇਸਤੇਮਾਲ ਕਰਦੇ ਨੇ? ਨਹੀਂ, ਡਾਇਰੀ ਵਾਲਾ ਤਾਂ ਚਲੋ ਜਦੋਂ ਸਾਡੇ ਕੋਲ ਡਿਜੀਟਲ ਗੈਜਟਸ ਨਹੀਂ ਸੀਗੇ ਉਸ ਟਾਈਮ ਡਾਇਰੀਆਂ ਵੀ ਸਾਰਾ ਕੁਝ, ਹੁਣ ਤਾਂ ਫੋਨਾਂ 'ਚ ਹੀ ਸਾਰਾ ਕੁਝ ਚੱਲੀ ਜਾਂਦਾ, ਰਿਕਾਰਡ ਕਰ ਲੈਂਦੇ ਹਾਂ ਬਸ ਉੱਦਾਂ ਹੀ। ਲਿਖ ਵੀ ਲਈਦਾ, ਪਰ ਹੁਣ ਤਾਂ ਸੌਖਾ ਕੰਮ ਹੋ ਗਿਆ ਨਾ ਫੋਨ ਵਾਲਾ ਬਹੁਤ। ਅੱਛਾ, ਫੋਨ 'ਚ ਰਿਕਾਰਡ ਕਰ ਲੈਂਦੇ ਹਾਂ ਜਾਂ ਲਿਖ ਲੈਂਦੇ ਹਾਂ ਜਿਵੇਂ ਵੀ। ਓਕੇ, ਨੋਟਸ 'ਚ ਜੀ। 2014 ਤੋਂ ਮੇਨ ਤੁਹਾਡਾ ਜਦੋਂ ਮਿੱਤਰਾਂ ਦਾ ਬੂਟ ਆਇਆ ਸੀਗਾ ਨਾ ਗਾਣਾ, ਉੱਥੋਂ ਮੈਂ ਕਿਹਾ ਚੜ੍ਹਾਈ ਵੀ ਹੋਈ ਸੀਗੀ ਅਤੇ ਪੰਜਾਬੀ ਇੰਡਸਟਰੀ ਦੇ ਵਿੱਚ ਚੜ੍ਹਾਈ ਹੋਈ ਸੀਗੀ। ਇੱਕ ਬਹੁਤ ਵੱਡਾ ਰੈਵੋਲਿਊਸ਼ਨ ਕਹਿ ਸਕਦੇ ਹਾਂ ਪੰਜਾਬੀ ਇੰਡਸਟਰੀ ਦੇ ਵਿੱਚ ਆਇਆ ਸੀ। ਪਹਿਲਾਂ ਨਾ ਮੇਰਾ ਸਵਾਲ ਇਹੀ ਹੈ ਕਿ ਪਹਿਲਾਂ ਤਾਂ ਇਹ ਦੱਸੋ ਲਿਰਿਸਿਸਟ ਅਤੇ ਐਡੀਸ਼ਨਲ ਲਿਰਿਸਿਸਟ 'ਚ ਕੀ ਫ਼ਰਕ ਹੈ? ਲਿਰਿਸਿਸਟ ਤੇ ਐਡੀਸ਼ਨਲ ਤੋਂ ਜਿਹੜਾ ਐਡੀਸ਼ਨਲ ਸੀਗਾ ਉਹ ਹੀ ਆਨਸਰ ਦੇ ਸਕਦਾ ਉਹਦੇ 'ਚ ਹੈ ਨਾ। ਅੱਛਾ, ਤਾਂ ਹਾਂ, ਉਹਨਾਂ ਨੇ ਕੁਛ ਥੋੜ੍ਹੇ ਬਹੁਤ ਚੇਂਜਸ ਵਗੈਰਾ ਕੀਤੇ ਸੀਗੇ ਗਾਣੇ 'ਚ, ਤਾਂ ਉਹਨਾਂ ਦਾ ਨਾਮ ਐਜ਼ ਆ ਐਡੀਸ਼ਨਲ ਵਿੱਚ ਰੱਖਤਾ, ਔਰ ਕਾਫੀ ਕੁਛ ਹੋਇਆ ਸੀ ਵਾਰ ਵਾਰ ਉਹੀ ਗੱਲਾਂ ਅੱਗੇ ਵੀ ਬੜੀ ਵਾਰੀ ਹੋਈਆਂ, ਉਹ ਠੀਕ ਹੈ, ਵਧੀਆ ਹਨ। ਨਹੀਂ, ਪਰ ਮੈਂ ਇਸ ਲਈ ਪੁੱਛਿਆ ਕਿ ਜਦੋਂ ਅਸੀਂ ਗਾਣਾ ਸੁਣਦੇ ਹਾਂ ਨਾ ਤੇ ਇੱਕ ਹੁੰਦਾ ਕਿ ਬਹੁਤ ਹੀ ਵਧੀਆ ਗਾਣਾ ਸੀ, ਯੂ ਨੋ ਦੈਟ ਉਹ ਵਾਈਬ ਵੀ ਬੜੀ ਵਧੀਆ ਸੀਗੀ ਤੇ ਇੱਕ ਰੈਵੋਲੂਸ਼ਨ ਵੀ ਆਇਆ ਸੀਗਾ, ਤੇ ਪਤਾ ਹੈ ਕਿ ਨਵੀਂ ਕੰਪੋਜ਼ ਨਵੀਂ ਫਿਰੋਜ਼ਪੁਰ ਵਾਲਾ ਇਸ ਗਾਣੇ ਤੋਂ ਵੀ ਜਾਣਿਆ ਜਾਂਦਾ ਹੈ। ਬਟ ਜਿੱਥੋਂ ਕਹਿੰਦੇ ਨੇ ਨਾ ਕਿ ਫੇਮ ਮਿਲਿਆ ਉਹ ਤੁਹਾਨੂੰ ਮਿਲਿਆ ਵੱਖਰਾ ਸਵੈਗ ਨਹੀਂ ਤੋਂ, ਪਰ ਉਹ ਮਿਲਣਾ ਚਾਹੀਦਾ ਸੀ ਮਿੱਤਰਾਂ ਦੇ ਬੂਟ ਤੋਂ। ਸੋ ਤੁਹਾਨੂੰ ਨਹੀਂ ਲੱਗਦਾ? ਕਿਤੇ ਨਾ ਕਿਤੇ ਨਹੀਂ ਲੱਗਦਾ, ਬਿਲਕੁਲ ਲੱਗਦਾ, ਬਟ ਹੁਣ ਉਹ ਚੀਜ਼ ਦਾ ਰੋਸ ਕਿੰਨੀ ਕੁ ਦੇਰ ਕਰੀਏ ਹਨਾ, ਮੈਂ ਫਿਰ ਉਹ ਹੀ ਰੱਬ 'ਚ ਬੜਾ ਯਕੀਨ ਰੱਖਦਾ ਕਿ ਉੱਥੇ ਨਹੀਂ ਤੇ ਅੱਗੇ ਉਹ ਕਿਤੇ ਨਾ ਕਿਤੇ ਆਟੋਮੈਟਿਕਲੀ ਬਾਬਾ ਕਹਿੰਦਾ ਕਿ ਨਹੀਂ ਯਾਰ ਇਹਨਾਂ ਨੂੰ ਨਾ ਇਹ ਬੰਦੇ ਨੂੰ ਮਿਲਣਾ ਚਾਹੀਦਾ ਸੀ, ਉਹਨਾਂ ਨੇ ਫਿਰ ਅਗਲੇ ਸਾਲ ਵੱਖਰਾ ਸਵੈਗ ਨਾਲ ਦਿੱਤਾ ਜੀ। ਵੱਖਰਾ ਸਵੈਗ ਨਹੀਂ ਗਾਣਾ ਆਇਆ, 5 ਸਾਲ ਹੋ ਗਏ ਨੇ ਮੈਨੂੰ ਲੱਗਦਾ ਉਸ ਗਾਣੇ ਨੂੰ ਵੀ ਹਨਾ, 5 ਸਾਲ ਹੋ ਗਏ ਨੇ ਗਾਣੇ ਨੂੰ, ਤੇ ਉਹ ਗਾਣਾ ਵੀ ਬੜਾ ਵਧੀਆ ਚੱਲਿਆ ਤੇ ਤੁਹਾਡੇ ਬਾਇਓ ਦੇ ਵਿੱਚ ਵੀ ਵੱਖਰਾ ਸਵੈਗ ਨਹੀਂ ਹੀ ਹੈਗਾ। ਬਟ ਡਿਸਪਾਈਟ ਦੈਟ ਤੁਸੀਂ ਬਹੁਤ ਸਾਰੇ ਹੋਰ ਵੀ ਗਾਣੇ ਕੀਤੇ ਜਿਵੇਂ ਹਵਾ ਦੇ ਵਰਕੇ ਹੋ ਗਿਆ, ਮੈਂ ਕਹਿੰਦੀ ਉਹ ਕਿੰਨਾ ਸੋਹਣਾ ਗਾਣਾ ਸੀਗਾ। ਤੇ ਜਿਹੜੀ ਪਹਿਚਾਨ ਹੈ ਤੁਹਾਨੂੰ ਕੀ ਲੱਗਦਾ ਕਿ ਸਭ ਤੋਂ ਜ਼ਿਆਦਾ ਤੁਹਾਨੂੰ ਕਿਸ ਗਾਣੇ ਤੋਂ ਮਿਲੀ ਹੈ? ਮੈਨੂੰ ਮਿਲੀ ਤਾਂ ਓਬਵੀਅਸਲੀ ਵੱਖਰਾ ਸਵੈਗ ਤੋਂ ਹੀ, ਤਾਂ ਉਹ ਗਾਣਾ ਵੀ ਮਤਲਬ ਵਨ ਆਫ ਮਾਈ ਫੇਵਰੇਟ ਆ। ਹਵਾ ਦੇ ਵਰਕੇ ਦੀ ਤੁਸੀਂ ਗੱਲ ਕੀਤੀ, ਜਿੰਨਾ ਵੱਡਾ ਗਾਣਾ ਸ਼ਾਇਦ ਕਮਰਸ਼ਲੀ ਔਰ ਲੋਕਾਂ ਤੱਕ ਪਹੁੰਚ ਹੀ ਨਹੀਂ ਸਕਿਆ ਉਹਦਾ, ਈਵਨ ਮੂਵੀ ਦਾ ਗਾਣਾ ਸੀਗਾ, ਪਤਾ ਨਹੀਂ ਕਿਤੇ ਨਾ ਕਿਤੇ ਉਹ ਵੱਡਾ ਹੋਣਾ ਚਾਹੀਦਾ ਸੀ ਗਾਣਾ, ਕਿ ਜਿੰਨੇ ਵੀ ਲੋਕਾਂ ਨੇ ਸੁਣਿਆ ਬਹੁਤ ਐਪਰੀਸ਼ੀਏਟ ਕੀਤਾ ਉਹਦੀ ਕੰਪੋਜੀਸ਼ਨ, ਰਾਈਟਿੰਗ ਤਾਂ ਆਫਕੋਰਸ ਉਹ ਮੇਰਾ ਕਿ ਹੁਣ ਤੱਕ ਦਾ ਜਿੰਨੇ ਰਿਲੀਜ਼ਡ ਹੋਏ ਗਾਣੇ ਉਹਨਾਂ 'ਚੋਂ ਵਨ ਆਫ ਮਾਈ ਫੇਵਰੇਟ ਆ।
ਪਰ ਪਤਾ ਨਹੀਂ ਤੁਹਾਨੂੰ ਕੀ ਲੱਗਦਾ ਕੀ ਰੀਜ਼ਨ ਕੀ ਲੱਗਦਾ ਵੈਸੇ ਰੀਜ਼ਨ ਕੋਈ ਐਵੇਂ ਨਹੀਂ ਹੈ ਕੋਈ ਵੀ ਚੀਜ਼ ਕਿ ਪ੍ਰੈਡਿਕਟ ਨਹੀਂ ਕਰ ਸਕਦੇ ਅਸੀਂ ਕਿ ਚੀਜ਼ ਆ ਬਣੇਗੀ ਤਾਂ ਔਰ ਇੰਨੀ ਚੱਲੇਗੀ ਕਈ ਵਾਰ ਸਾਨੂੰ ਲੱਗਦਾ ਹੁੰਦਾ ਕਿ ਆਹ ਗਾਣਾ ਮਤਲਬ ਵਨ ਆਫ ਬਲਾਸਟ ਕਰੂਗਾ ਤਾਂ ਨਹੀਂ ਹੁੰਦੀਆਂ ਚੀਜ਼ਾਂ ਹਰ ਕਿਸੇ ਦਾ ਕਈ ਗਾਣੇ ਮੈਨੂੰ ਪਸੰਦ ਆ ਤੁਹਾਨੂੰ ਨਹੀਂ ਪਸੰਦ ਹਨਾ ਜਾਂ ਕਈ ਚੀਜ਼ਾਂ ਤੁਹਾਨੂੰ ਪਸੰਦ ਨੇ ਉਹ ਮੈਨੂੰ ਨਹੀਂ ਪਸੰਦ ਹਰ ਕਿਸੇ ਦੀ ਆਪਣੀ ਆਪਣੀ ਪਸੰਦ ਆ ਜ਼ਰੂਰੀ ਨਹੀਂ ਕਿ ਜੋ ਮੈਂ ਮੈਨੂੰ ਜਾਂ ਤੁਹਾਨੂੰ ਪਸੰਦ ਆ ਸਾਰੀ ਆਡੀਅੰਸ ਨੂੰ ਪਸੰਦ ਹੋਇਆ ਸ਼ਾਇਦ ਤਾਂ ਨਹੀਂ ਲੋਕਾਂ ਨੇ ਪਸੰਦ ਕੀਤਾ ਇਹ ਵੀ ਕਾਰਨ ਹੋ ਸਕਦਾ ਜੀ ਪਰ ਸਾਡੀ ਪੰਜਾਬੀ ਇੰਡਸਟਰੀ ਦੇ ਵਿੱਚ ਇੱਕ ਗੱਲ ਬੜੀ ਉਹ ਚੱਲਦੀ ਆ ਕਿ ਯਾਰ ਕ੍ਰੈਡਿਟ ਬੜੇ ਮਾਰਦੇ ਆ ਤੁਹਾਡਾ ਕ੍ਰੈਡਿਟ ਕਿੰਨੀ ਵਾਰੀ ਮਰਿਆ ਮਰੀ ਜਾਂਦੇ ਆ ਅੱਛਾ ਕਾਫੀ ਵਾਰ ਹੋ ਗਿਆ ਹੁਣ ਤੁਸੀਂ ਆਪ ਦੱਸ ਰਹੇ ਹੋ ਮੇਰੇ ਨਾਲ ਜ਼ਿਆਦਾ ਤੁਹਾਨੂੰ ਪਤਾ ਹੈ ਤਾਂ ਚੱਲ ਹੀ ਰਿਹਾ ਪਰ ਕੋਈ ਨਹੀਂ ਆਪਾਂ ਤਾਂ ਕੰਮ ਕਰ ਰਹੇ ਨਾ ਹੌਲੀ ਹੌਲੀ ਕਦੇ ਨਾ ਕਦੇ ਸਾਰੀਆਂ ਚੀਜ਼ਾਂ ਸਾਹਮਣੇ ਆ ਹੀ ਜਾਣੀਆਂ ਸਹੀ ਗੱਲ ਜਦੋਂ ਤੁਹਾਨੂੰ ਬਾਲੀਵੁੱਡ ਪ੍ਰੋਜੈਕਟ ਮਿਲਿਆ ਐਡਾ ਵੱਡਾ ਪ੍ਰੋਜੈਕਟ ਸੀਗਾ ਤੁਹਾਡਾ ਗਾਣਾ ਮਤਲਬ ਚੱਲਿਆ ਵੀ ਹੈਗਾ ਬਹੁਤ ਜ਼ਿਆਦਾ ਸੋ ਕਿਹੋ ਜਿਹਾ ਮਹਿਸੂਸ ਹੋਇਆ ਸੀ ਐਂਡ ਆਫ ਦੀ ਡੇ ਲੱਗਿਆ ਸੀ ਹਾਂ ਮੇਰੀ ਮਿਹਨਤ ਜਿਹੜੀ ਹੈਗੀ ਹੈ ਉਹ ਪੂਰੀ ਹੋ ਗਈ ਇੱਥੇ ਹਾਂ ਮੈਂ ਗਾਣੇ ਕਾਫੀ ਕੀਤੇ ਹੋਏ ਆ ਇਹ ਦਿਲ ਬੜਾ ਆ ਗਿਆ ਇਸ ਤੋਂ ਪਹਿਲੇ ਦੇ ਅਸੀਂ ਗਾਣੇ ਉੱਥੇ ਕੀਤੇ ਹੋਏ ਆ ਮੈਂ ਕਾਫੀ ਸਾਰੇ ਮੇਰੇ ਹਿੰਦੀ ਗਾਣੇ ਵੀ ਆ ਔਰ ਕਾਫੀ ਕੁਛ ਆ ਤਾਂ ਉਹ ਔਰ ਵਧੀਆ ਲੱਗਦਾ ਕਿ ਕੋਈ ਵੀ ਚੀਜ਼ ਚੱਲਦੀ ਆ ਹਨਾ ਤਾਂ ਕਿਤੇ ਨਾ ਕਿਤੇ ਜਿਹੜੇ ਜਿਵੇਂ ਤੁਸੀਂ ਪੁੱਛ ਰਹੇ ਸੀਗੇ ਉਹ ਵੱਖਰਾ ਸੌਂਗ ਵਾਲਾ ਫਿਰ ਆਪੇ ਹੀ ਚੰਗਾ ਲੱਗਣਾ ਸ਼ੁਰੂ ਹੋ ਜਾਂਦਾ ਕਿ ਹਾਂ ਯਾਰ ਕੋਈ ਚੱਕਰ ਨਹੀਂ ਹੈ ਕਿ ਕਿਤੇ ਤੁਹਾਡਾ ਨੁਕਸਾਨ ਹੋ ਰਿਹਾ ਤੇ ਰੱਬ ਨਾਲ ਦੀ ਨਾਲ ਤੁਹਾਡਾ ਫਾਇਦਾ ਵੀ ਕਰ ਦਿੰਦਾ ਜੀ ਤੁਸੀਂ ਅਲੱਗ ਅਲੱਗ ਜੋਨਰ ਦੇ ਗਾਣੇ ਕੀਤੇ ਆ ਵੱਖਰਾ ਸਵੈਗਨੀ ਇੱਕ ਬੀਟ ਸੌਂਗ ਹੋ ਗਿਆ ਉਸ ਤੋਂ ਬਾਅਦ ਹਵਾ ਦੇ ਵਰਕੇ ਇੱਕ ਰੋਮਾਂਟਿਕ ਸੌਂਗ ਹੋ ਗਿਆ ਸੋ ਤੁਸੀਂ ਸਭ ਤੋਂ ਜ਼ਿਆਦਾ ਕਿਸ ਜੋਨਰ ਦੇ ਵਿੱਚ ਕੰਫਰਟੇਬਲ ਫੀਲ ਕਰਦੇ ਹੋ ਵੈਸੇ ਨਹੀਂ ਮੈਂ ਤਾਂ ਸਾਰਾ ਕੁਝ ਲਿਖਦਾ ਮੈਂ ਪਹਿਲੇ ਜਿਵੇਂ ਮਿੱਤਰਾਂ ਦੇ ਬੂਟ ਉਸ ਤੋਂ ਪਹਿਲੇ ਵੀ ਮੈਂ ਇਵਨ ਕੁਝ ਗਾਣੇ ਕੀਤੇ ਹੋਏ ਸੀ ਚਲੋ ਕਮਰਸ਼ਲੀ ਕਹਿ ਲਓ ਇੰਨੇ ਵੱਡੇ ਨਹੀਂ ਸੀਗੇ ਤਾਂ ਮਿੱਤਰਾਂ ਦੇ ਬੂਟ ਆ ਜਾਂ ਵੱਖਰਾ ਸਵੈਗ ਬਿਲਕੁਲ ਹਟ ਕੇ ਸੀ ਉਹਦੇ ਤੋਂ ਫਿਰ ਹਵਾ ਦੇ ਵਰਕੇ ਬੇਵਫਾ ਹੁੰਦੇ ਨੇ ਗਿੱਪੀ ਭਾਜੀ ਨਾਲ ਲਾਹੌਰ ਗਾਣਾ ਆਇਆ ਸੀ ਉਹ ਵੀ ਹਟ ਕੇ ਸੀਗਾ ਈਵਨ ਉੱਦਾਂ ਉਹ ਵਰਡਿੰਗ ਵਾਲੇ ਗਾਣੇ ਉਸ ਤੋਂ ਬਾਅਦ ਪਤਾ ਹੀ ਨਹੀਂ ਕਿੰਨੇ ਆਏ ਨਖਰ ਆਏ ਲਾਹੌਰ ਦਾ ਟਾਈਪ ਉਹਨੂੰ ਹੀ ਤੋੜ ਤੋੜ ਕੇ ਕਿੰਨੇ ਹੀ ਗਾਣੇ ਬਣ ਗਏ ਉਹਦੇ 'ਚ ਆਲਮੋਸਟ ਇੰਡੀਆ ਪਾਕਿਸਤਾਨ ਦੇ ਮੈਂ ਸਾਰੇ ਸ਼ਹਿਰ ਕੀਤੇ ਸੀਗੇ ਤਾਂ ਹੋ ਹੀ ਜਾਂਦਾ ਸਾਰਾ ਕੁਛ ਵੀ ਬਾਕੀ ਮੈਨੂੰ ਵਧੀਆ ਲੱਗਦਾ ਕਿ ਹਰ ਵਾਰ ਕੁਛ ਅਲੱਗ ਕਰੀਏ ਕਿ ਮੈਂ 3-4 ਸਾਲ ਤਾਂ ਇਸੇ ਚੀਜ਼ 'ਚ ਹੀ ਲੱਗਿਆ ਰਿਹਾ ਕਿ ਮੈਂ ਹੁਣ ਇਹਦੇ ਵਰਗਾ ਨਹੀਂ ਕਰਨਾ ਉਹ ਤਾਂ ਬਾਕੀ ਠੀਕ ਆ ਨਹੀਂ ਕਰ ਰਿਹਾ ਸੀ ਤਾਂ ਹਰ ਵਾਰ ਲੋਕਾਂ ਨੂੰ ਲੱਗਦਾ ਸੀ ਕਿ ਹੈ ਇਹ ਵੀ ਨਵੀਂ ਨੇ ਲਿਖਿਆ ਔਰ ਕਿੰਨੇ ਲੋਕ ਮੈਨੂੰ ਹੈਰਾਨ ਹੋ ਕੇ ਪੁੱਛਦੇ ਆ ਕਿ ਅੱਛਾ ਵੱਖਰਾ ਸਵੈਗ ਸਾਨੂੰ ਪਤਾ ਤੁਸੀਂ ਲਿਖਿਆ ਕਿ ਹਵਾ ਦੇ ਵਰਕੇ ਵੀ ਤੁਸੀਂ ਲਿਖਿਆ ਇਹ ਮੈਨੂੰ ਵੀ ਹੋਇਆ ਸੀ ਐਕਚੁਅਲੀ ਹਾਂ ਨਹੀਂ ਪਤਾ ਕਿ ਉਹ ਵੀ ਮੈਂ ਲਿਖਿਆ ਔਰ ਬੜੇ ਸਾਰੇ ਗਾਣੇ ਆ ਜਦੋਂ ਬਾਅਦ ਚ ਅੱਛਾ ਇਹ ਵੀ ਤੁਸੀਂ ਲਿਖਿਆ ਸੀ ਮੈਂ ਕਿਹਾ ਹਾਂਜੀ ਮੈਂ ਲਿਖਿਆ ਹੀ ਤੇ ਜਦੋਂ ਮਤਲਬ ਆਪਾਂ ਦੇਖਦੇ ਹਾਂ ਨਾ ਕਿ ਹੁਣ ਆਡੀਅੰਸ ਦਾ ਜਿਹੜਾ ਟੇਸਟ ਹੈ ਕਿਤੇ ਕਿਤੇ ਚੇਂਜ ਵੀ ਹੋ ਰਿਹਾ ਹੈ ਕਈ ਜਿਹੜੀ ਆਡੀਅੰਸ ਹੈ ਉਹ ਕੁਝ ਹੋਰ ਫਾਲਦੀ ਹੈ ਤੁਸੀਂ ਸਮਝ ਪਾਏ ਹੋ ਕਿ ਅੱਜ ਕੱਲ ਦੀ ਆਡੀਅੰਸ ਕੀ ਚਾਹੁੰਦੀ ਹੈ ਇੱਕ ਲਿਰਿਸਿਸਟ ਤੋਂ ਆਡੀਅੰਸ ਨੂੰ ਸਮਝਣਾ ਪਿਛਲੇ 1.5-2 ਸਾਲਾਂ ਚ ਬੜਾ ਔਖਾ ਹੋਇਆ ਪਿਆ ਔਰ ਇਹਦੇ ਪਿੱਛੇ ਕਿਤੇ ਨਾ ਕਿਤੇ ਅਸੀਂ ਵੀ ਕਾਰਨ ਆਪ ਵੀ ਹਾਂ ਕਿ ਆਰਟਿਸਟ ਲੋਕ ਹੀ ਇਹਦੇ ਪਿੱਛੇ ਬਹੁਤ ਵੱਡਾ ਰੀਜ਼ਨ ਨੇ ਕਿ ਅਸੀਂ ਕੰਟੈਂਟ ਇੰਨਾ ਜ਼ਿਆਦਾ ਕਰ ਰਹੇ ਹਾਂ ਕਿ ਹਰ ਮਹੀਨੇ ਕਿੰਨੇ ਹੀ ਗਾਣੇ ਆ ਉੱਥੇ ਆਡੀਅੰਸ ਵੀ ਕਨਫਿਊਜ਼ਡ ਆ ਕਿ ਵੀ ਕੀ ਕਰੀਏ ਆਡੀਅੰਸ ਨੂੰ ਜੇ ਹਰ ਮਹੀਨੇ 2-3 ਲੱਖ ਗਾਣਾ ਰਿਲੀਜ਼ ਹੋ ਰਿਹਾ ਅਤੇ ਉਹਦੇ ਵਿੱਚੋਂ ਕਈ ਚੰਗੇ ਗਾਣੇ ਵੀ ਰਹਿ ਜਾਂਦੇ ਨੇ ਜਿਹੜੇ ਲੋਕਾਂ ਤੱਕ ਪਹੁੰਚਦੇ ਹੀ ਨਹੀਂ ਔਰ ਇੰਨਾ ਕੰਟੈਂਟ ਅਗਰ ਆਊਗਾ ਤਾਂ ਆਡੀਅੰਸ ਕਨਫਿਊਜ਼ਡ ਹੋ ਗਈ ਆਡੀਅੰਸ ਕਨਫਿਊਜ਼ਡ ਆ ਅਤੇ ਅਸੀਂ ਤਾਂ ਆਪੇ ਕਨਫਿਊਜ਼ ਹੋਣਾ ਨਾ ਕਿ ਉਹਨਾਂ ਨੂੰ ਪਸੰਦ ਕੀ ਆਊਗਾ ਅੱਛੇ ਅੱਛੇ ਗਾਣੇ ਰਹਿ ਜਾਂਦੇ ਨੇ ਤਾਂ ਇਹ ਦਿੱਕਤ ਹੈ ਬਹੁਤ ਵੱਡੀ ਦਿੱਕਤ ਔਰ ਬਾਕੀ ਮੈਂ ਆਲਵੇਜ਼ ਕਹਿੰਦਾ ਕਿ ਅੱਛੇ ਦੀ ਡੈਫੀਨੇਸ਼ਨ ਹਰ ਕਿਸੇ ਨੇ ਆਪਣੇ ਅਕੋਰਡਿੰਗਲੀ ਕੀਤੀ ਹੋਈ ਹੈ ਕਿ ਕਈਆਂ ਨੂੰ ਕੋਈ ਕੰਟੈਂਟ ਪਸੰਦ ਆ ਕਈਆਂ ਨੂੰ ਕੋਈ ਪਸੰਦ ਆ ਜੀ ਤੇ ਅੱਜ ਕੱਲ੍ਹ ਦੇ ਪੰਜਾਬੀ ਗਾਣਿਆਂ ਨੂੰ ਕਿਸ ਤਰ੍ਹਾਂ ਦੇਖਦੇ ਹੋ ਤੁਸੀਂ ਜਿਵੇਂ ਪਹਿਲਾਂ ਹੀ ਸੀਗੇ ਅੱਜ ਕੱਲ੍ਹ ਦੇ ਵੀ ਕੁਛ ਉਹ ਨਹੀਂ ਆ ਮਿਊਜ਼ਿਕ ਚੇਂਜ ਹੁੰਦਾ ਗੱਲਾਂ ਤਾਂ ਉਹੀ ਨੇ ਥੋੜ੍ਹੀਆਂ ਜਿਹਾ ਜਿਵੇਂ ਦਾ ਜ਼ਮਾਨਾ ਚੱਲੂਗਾ ਗੱਲਾਂ ਉੱਦਾਂ ਹੀ ਡਿਵੈਲਪ ਹੋਈ ਜਾਣੀਆਂ ਹਨਾ ਜੋ ਮਿਊਜ਼ਿਕ ਥੋੜ੍ਹਾ ਫਾਸਟ ਹੋ ਗਿਆ ਪਹਿਲੇ ਨਾਲੋਂ ਹਨਾ ਟੈਂਪੋ ਫਾਸਟ ਹੋ ਗਏ ਗਾਣਿਆਂ ਦੇ
तेज 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 हर किसी का जोर लगे हुआ कि मैं ओदे तो तेज गावा मैं ओदे तो तो वधिया शौक भी बदलते रहते ने और आइडल भी चेंज होंगे कि जिवे मैं पहला छोटे होंगे देवी मखसूस राज काकड़ा जी मंगल हठूर इन्हां सारिआं नूं पंजाबी अगर कई उपर ते गुलजार साहब सीगे जां ईवन मैं एवें कहां कि मैनूं इन्ना ज्यादा उन्हां बारे पता भी नहीं सी पहले पंजाब च ते इही असीं सुणदे हुंदे सी फिर हौली हौली हुण ते सारे वधिया लिखी जांदे आ और आइडल ते शुरू तों राज काकड़ा भाजी ने ओह अज वी हैगे आ डिफरेंट थोड़ा उन्हां ने ओह जिवें सारा कुछ लिखदे सीगे मैं भी ट्राई कर दांगे अलग अलग जी ते इस समय तुसी कंपटीशन कह सकदे या फिर तुहानू लगदा है कि तुसी मान लो कोई लिरिसिस्ट ए है जाए इस समय तुसी मानदे हो कि हां मेरे टक्करदा है ਇਹਦੇ ਨਾਲ ਮਤਲਬ ਜਦੋਂ ਉਸਦਾ ਕੋਈ ਅਨਾਉਂਸਮੈਂਟ ਹੁੰਦੀ ਹੈ ਤਾਂ ਤੁਸੀਂ ਪਹਿਲਾਂ ਖੋਲਦੇ ਹੋ ਕਿ ਹਾਂ ਮੈਂ ਦਾ ਗਾਣਾ ਸੁਣਨਾ ਮੈਂ ਦੇਖਣਾ ਹੈ ਕਿ ਇਹਨੇ ਕੀ ਲਿਖਿਆ ਕੀ ਕੁਝ ਵਧੀਆ ਲਿਖਿਆ ਸਮਥਿੰਗ ਲਾਈਕ ਦੈਟ ਨਹੀਂ ਮੈਂ ਸ਼ੁਰੂ ਤੋਂ ਲੈ ਕੇ ਆਪਾਂ ਕੰਪੀਟੀਸ਼ਨ ਵਾਲੇ ਪਾਸੇ ਤੇ ਗਏ ਨਹੀਂ ਨਾ ਅੱਛਾ ਕੰਪੀਟੀਸ਼ਨ ਚ ਜਾਂਦੇ ਫਿਰ ਮੈਂ ਵੀ ਧੜਾ ਧੜ ਗਾਣੇ ਕਰਦਾ ਹਾਂ ਕਿ ਮੇਰਾ ਵੱਖਰਾ ਸਵੈਗ ਚੱਲ ਗਿਆ ਸੀ ਮੈਂ ਉਦਾਂ ਦੇ ਗਾਣੇ ਲਿਖੀ ਜਾਂਦਾ ਤਾਂ ਮੈਂ ਸ਼ੁਰੂ ਤੋਂ ਹੀ ਆਪਣਾ ਤਾਂ ਅਲੱਗ ਹੀ ਹੈ ਨਾ ਕਿ ਕਰੀ ਜੋ ਜਿੰਨਾ ਜੋ ਵੀ ਹੁੰਦਾ ਕਿ ਕੋਈ ਤੁਹਾਨੂੰ ਆ ਕੇ ਕਹਿੰਦਾ ਵੀ ਹੈ ਕਿ ਉਹਦੇ ਵਰਗੇ ਉਹਦੇ ਗਾਣੇ ਚੱਲ ਰਹੇ ਤੂੰ ਕਿਉਂ ਨਹੀਂ ਕਰ ਰਿਹਾ ਸੋ ਹੈ ਨਹੀਂ ਆਪਣਾ ਆਪਣਾ ਤਾਂ ਸਿਸਟਮ ਆ ਕਿ ਕਰੀ ਜੋ ਚੁੱਪ ਚਾਪ ਹੈਨਾ ਨਹੀਂ ਉਹ ਕੰਪੀਟੀਸ਼ਨ 'ਚ ਨਾ ਕਦੇ ਪਏ ਹਾਂ ਔਰ ਨਾ ਹੀ ਮੇਰਾ ਤਾਂ ਆਪਣਾ ਤਾਂ ਉਹ ਕਹਿੰਦੇ ਕਿ ਆਪਸ 'ਚ ਹੀ ਕੰਪੀਟੀਸ਼ਨ ਕਰੋਗੇ ਪਿੱਛੇ ਤੁਸੀਂ ਕੀ ਸੀਗੇ ਔਰ ਅੱਜ ਤੁਸੀਂ ਕੀ ਹੋ ਉਹ ਕੰਪੀਟੀਸ਼ਨ ਆਪਣਾ ਕਿਸੇ ਨਾਲ ਨਹੀਂ ਹੈ ਮੈਂ ਇੱਕ ਅਗਰ ਲਿਰਿਸਿਸਟ ਦੀ ਜ਼ਿੰਦਗੀ ਪੁੱਛਾਂ ਕਿਉਂਕਿ ਆਪਾਂ ਹਰ ਇੱਕ ਚੀਜ਼ ਨੂੰ ਦੇਖ ਕੇ ਜਾਂ ਮੈਂ ਕਹਿੰਦੀ ਹਾਂ ਲਿਰਿਸਿਸਟ ਹੁੰਦੇ ਨੇ ਕਿ ਮੈਨੂੰ ਇੱਕ ਚੀਜ਼ ਦਿੱਤੀ ਹੈ ਮੈਂ ਉਹਦੇ ਉੱਤੇ ਲਿਖਣਾ ਹੈ ਅਤੇ ਤੁਸੀਂ ਲਿਖਦੇ ਹੋ ਹੈ ਨਾ ਸੋ ਤੁਸੀਂ ਪਹਿਲਾਂ ਇਕਾਂਤ ਵਿੱਚ ਲਿਖਦੇ ਹੋ ਕਿ ਤੁਸੀਂ ਕਿਤੇ ਵੀ ਲਿਖ ਸਕਦੇ ਹੋ ਨਹੀਂ ਇਕਾਂਤ ਕੂੰਤ ਵਾਲਾ ਤਾਂ ਕੋਈ ਸੀਨ ਨਹੀਂ ਕੰਪੋਜੀਸ਼ਨਸ ਕਰਨ ਲਈ ਸ਼ਾਇਦ ਤੁਹਾਨੂੰ ਥੋੜ੍ਹਾ ਇਹ ਹੁੰਦਾ ਕਿ ਡਿਸਟਰਬੈਂਸ ਨਾ ਹੋ ਤੁਸੀਂ ਕੁਛ ਹੋਰ ਰਾਗ 'ਚ ਘੁੰਮ ਰਹੇ ਹੋ ਉੱਧਰ ਕੁਛ ਹੋ ਇੱਕ ਪਾਸੇ ਤੁਸੀਂ ਸੈਡ ਗਾਣਾ ਲਿਖ ਰਹੇ ਹੋ ਉੱਧਰ ਬੀਟ ਪਿੱਛੇ ਕੋਈ ਚਲਾ ਕੇ ਬੈਠਾ ਤੁਸੀਂ ਨਹੀਂ ਲਿਖ ਪਾਓਗੇ ਅੱਛਾ ਹਾਂ ਇਹ ਆ ਕਿ ਕੋਈ ਵੀ ਤੁਸੀਂ ਰਿਦਮ ਪਕੜੀ ਹੋਈ ਹੈ ਉਹਦੇ 'ਤੇ ਕਿਤੇ ਵੀ ਮੈਨੂੰ ਨਹੀਂ ਲੱਗਦਾ ਕਿ ਮੈਂ ਜ਼ਿਆਦਾ ਕੋਈ ਇਕਾਂਤ ਪੀਸ ਜੇ ਵੋ ਐਵੇਂ ਦਾ ਕੁਛ ਨਹੀਂ ਹੈ ਕਿਤੇ ਵੀ ਜਿੱਥੇ ਵੀ ਸਗੋਂ ਡਰਾਈਵਿੰਗ 'ਚ ਜ਼ਿਆਦਾ ਗਾਣੇ ਲਿਖੇ ਜਾਂਦੇ ਤੁਸੀਂ ਡਰਾਈਵ ਕਰ ਰਹੇ ਹੋ ਜਾਂ ਪਹਿਲੇ ਬਾਈਕ ਚਲਾਉਂਦੇ ਸੀਗੇ ਤਾਂ ਉਦੋਂ ਬੜੇ ਆਈਡੀਆਜ਼ ਆਉਂਦੇ ਸੀ ਜਿੰਨਾ ਤੁਸੀਂ ਟਰੈਵਲ ਕਰੋਗੇ ਮੈਨੂੰ ਲੱਗਦਾ ਕਿ ਉਨੇ ਆਈਡੀਆਜ਼ ਨਿਕਲਦੇ ਆ ਔਰ ਇਕਾਂਤ 'ਚ ਤਾਂ ਫਿਰ ਉਹੀ ਥੋਟਸ ਜਿਹੜੇ ਹੁੰਦੇ ਆ ਉਹ ਜ਼ਿਆਦਾ ਤੋਂ ਜ਼ਿਆਦਾ ਇਹ ਹੈ ਕਿ ਤੁਸੀਂ ਅਗਰ ਕੁਛ ਪੜ੍ਹ ਰਹੇ ਹੋ ਜਾਂ ਕੋਈ ਫਿਲਮ ਦੇਖ ਰਹੇ ਹੋ ਜਾਂ ਕਦੇ ਬਾਏ ਚਾਂਸ ਕਿ ਤੁਹਾਡਾ ਪੁਰਾਣਾ ਥੋਟ ਆ ਜਿਹੜਾ ਉਹ ਤੁਹਾਨੂੰ ਕਿਤੇ ਨਾ ਕਿਤੇ ਤੁਹਾਡੇ ਮਾਇੰਡ 'ਚ ਆਉਂਦਾ ਕਿ ਇਹਦੇ 'ਤੇ ਕੁਛ ਲਿਖਿਆ ਜਾ ਸਕਦਾ ਕੋਈ ਸਪੈਸ਼ਲ ਕੋਈ ਜਗ੍ਹਾ ਨਹੀਂ ਹੈਗੀ ਹੈ ਗਾਣੇ ਲਿਖਣ ਦੀ ਜਾਂ ਕੋਈ ਵੀ ਪੋਇਟਰੀ ਲਿਖਣ ਦੀ ਕੁਛ ਵੀ ਕਰਨ ਦੀ ਕੋਈ ਇੱਦਾਂ ਦਾ ਕੁਛ ਨਹੀਂ ਹੈ ਕਿ ਮੈਨੂੰ ਇੱਕ ਕੋਈ ਕਮਰਾ ਹੋਣਾ ਚਾਹੀਦਾ ਮੈਂ ਉੱਥੇ ਬਹਿ ਕੇ ਲਿਖੂੰਗਾ ਅਤੇ ਮਤਲਬ ਤੁਹਾਡਾ ਮੇਨ ਆਉਂਦਾ ਟਰੈਵਲ ਕਰ ਕਰਕੇ ਆਈਡੀਆਜ਼ ਤੁਸੀਂ ਨਹੀਂ ਹੈ ਟਰੈਵਲ ਮੈਂ ਕਹਿ ਰਿਹਾ ਕਿ ਇਹ ਵੀ ਇੱਕ ਜ਼ਰੀਆ ਹੈਗਾ ਤੁਸੀਂ ਟਰੈਵਲ ਕਰਦੇ ਹੋ ਤਾਂ ਵੀ ਜੇ ਨਹੀਂ ਕੁਛ ਬਣ ਰਿਹਾ ਤਾਂ ਤੁਹਾਨੂੰ ਨਿਕਲਣਾ ਚਾਹੀਦਾ ਅੰਦਰ ਰਹਿ ਕੇ ਤੁਸੀਂ ਕਿਤੇ ਨਾ ਕਿਤੇ ਫਸ ਜਾਂਦੇ ਹੋ ਜੀ ਅੰਦਰ ਪਿੱਛੇ ਲੋਕਡਾਊਨ ਲੱਗਿਆ ਸੀ ਤਾਂ ਮੈਂ ਆਪਣੇ ਅੰਦਰੋਂ ਚੀਜ਼ਾਂ ਕੱਢੀਆਂ ਹੈ ਨਾ ਕਿ ਮੈਂ ਆਹ ਵੀ ਕਰ ਸਕਦਾ ਮੈਂ ਆਹ ਵੀ ਕਰ ਉਹ ਹੋ ਸਕਦਾ ਪਰ ਕਲਾਕਾਰੀ ਲਈ ਬਾਹਰ ਤਾਂ ਨਿਕਲਣਾ ਪਏਗਾ ਨਾ ਤੁਹਾਡੀ ਚੀਜ਼ਾਂ ਜਦੋਂ ਤੱਕ ਤੁਹਾਡਾ ਬਾਹਰ ਦੇਖੋਗੇ ਨਹੀਂ ਕੀ ਹੋ ਰਿਹਾ ਤਾਂ ਉਹ ਕਿਤੇ ਨਾ ਕਿਤੇ ਚੀਜ਼ਾਂ ਰੁਕ ਜਾਂਦੀਆਂ ਜੀ ਜਿਹੜੇ ਹਜੇ ਨਵੇਂ ਲਿਰਿਸਿਸਟ ਆ ਰਹੇ ਨੇ ਤੁਸੀਂ ਉਹਨਾਂ ਨੂੰ ਕੀ ਕਹਿਣਾ ਚਾਹੋਗੇ ਜਾਂ ਫਿਰ ਕੋਈ ਟਿਪ ਤੁਸੀਂ ਦੇਣਾ ਚਾਹੋ ਯਾਰ ਇੱਦਾਂ ਕਰਿਆ ਕਰੋ ਇਸ ਤਰ੍ਹਾਂ ਦੀ ਚੀਜ਼ ਕਰਨੀ ਚਾਹੀਦੀ ਹੈ ਮੈਂ ਤਾਂ ਆਪ ਨਵਾਂ ਹੀ ਹਾਂ ਕੋਈ ਖਾਸ ਇੰਨਾ ਪੁਰਾਣਾ ਹੋਇਆ ਨਹੀਂ ਕਿਉਂਕਿ ਹੁਣ ਟਾਈਮ ਬੜਾ ਬਹੁਤ ਭੱਜਣ ਲੱਗ ਗਿਆ ਕਿ ਮੈਂ ਹਾਲੇ ਤੁਹਾਨੂੰ ਲੱਗਦਾ ਕਿ ਮੈਂ ਪੁਰਾਣਾ ਨਹੀਂ ਨਹੀਂ ਮਤਲਬ ਜਿਹੜੇ ਤੁਸੀਂ 2014 'ਚ ਆਏ ਹੋ ਮੰਨ ਲਈਏ ਤੇ ਉਹ 2021 'ਚ ਆ ਰਹੇ ਹੋ ਤੁਹਾਡਾ ਐਕਸਪੀਰੀਅੰਸ ਵੀ ਤਾਂ ਹੁੰਦਾ ਹੈ ਨਾ ਤਾਂ ਕਰਕੇ ਮੈਨੂੰ ਤੇ
ਲੱਗਦਾ ਕਿ ਕੱਲ ਨਹੀਂ ਸ਼ੁਰੂ ਕੀਤਾ ਸੀ ਹਲੇ ਬਹੁਤਾ ਟਾਈਮ ਹੋਇਆ ਨਹੀਂ ਮੈਂ ਤਾਂ ਆਪ ਸਿੱਖੀ ਜਾਂਦਾ ਹਲੇ ਕਿਸੇ ਨੂੰ ਸਾਰੇ ਸਿਆਣੇ ਨੇ ਹਰ ਨਵਾਂ ਜਵਾਕ ਜੰਮਦਾ ਉਹ ਸਿਆਣਾ ਹੀ ਹੈ ਸਿੱਖ ਕੇ ਅੱਛਾ ਓਕੇ ਜੇ ਹੁਣ ਮੈਂ ਨਾ ਤੁਹਾਡੇ ਨਾਲ ਇੱਕ ਸੈਗਮੈਂਟ ਕਰਾਂ ਸੈਗਮੈਂਟ ਪਤਾ ਕੀ ਹੈ ਕਿ ਮੈਂ ਇੱਕ ਬਹੁਤ ਹੀ ਵਧੀਆ ਲਿਰਿਸਿਸਟ ਦੇ ਨਾਮ ਲੈਂਦੀ ਹਾਂ ਠੀਕ ਹੈ ਤੇ ਤੁਸੀਂ ਦੱਸਣਾ ਹੈ ਕਿ ਇਹ ਜਿਹੜੇ ਲਿਰਿਸਿਸਟ ਹੈ ਨਾ ਇਹ ਸਾਡੇ ਪੰਜਾਬੀ ਲਿਰਿਸਿਸਟ ਇਹਨਾਂ ਦੇ ਲੈਵਲ ਤੇ ਆ ਸਕਦੇ ਨੇ ਜਾਂ ਫਿਰ ਹੈਗੇ ਨੇ ਓਕੇ ਤੁਸੀਂ ਆਪਣਾ ਵੀ ਨਾਮ ਲੈ ਸਕਦੇ ਹੋ ਕੋਈ ਚੱਕਰ ਨਹੀਂ ਹੈਗਾ ਠੀਕ ਹੈ ਗੁਲਜ਼ਾਰ ਸਾਹਿਬ ਗੁਲਜ਼ਾਰ ਸਾਹਿਬ ਦੇ ਮੁਕਾਬਲੇ ਮੁਕਾਬਲੇ ਨਹੀਂ ਆਪਾਂ ਕਹਿ ਸਕਦੇ ਆ ਸਕਦੇ ਵੀ ਹੈਗੇ ਹੈ ਜਾਂ ਫਿਰ ਹੈਗੇ ਨੇ ਮਤਲਬ ਉੱਥੇ ਤੱਕ ਪਹੁੰਚ ਸਕਦੇ ਨੇ ਉਹ ਲੈਵਲ ਰੀਚ ਕਰ ਸਕਦੇ ਨੇ ਗੁਲਜ਼ਾਰ ਸਾਹਿਬ ਦੇ ਲੈਵਲ 'ਚ ਮੈਨੂੰ ਨਹੀਂ ਲੱਗਦਾ ਨਹੀਂ ਕੋਈ ਨਹੀਂ ਕੋਈ ਹੋ ਵੀ ਨਹੀਂ ਸਕਦਾ ਨਹੀਂ ਹੋਣ ਨੂੰ ਤੇ ਪਤਾ ਉਹੀ ਮੈਂ ਕਿਹਾ ਕਿ ਹੋ ਬੜੇ ਆ ਸਕਦੇ ਹਨਾ ਹੁਣ ਰਾਈਟ ਨਾਓ ਜੇ ਆਪਣੇ ਮੋਸਟ ਚਰਚਿਤ ਜਿਹੜਾ ਮੇਰਾ ਵਧੀਆ ਫਰੈਂਡ ਵੀ ਆ ਜਾਨੀ ਆ ਤਾਂ ਜਾਨੀ ਦਾ ਨਾਮ ਲੈ ਸਕਦੇ ਹਾਂ ਕਿ ਉਹ ਵਧੀਆ ਲਿਖ ਰਿਹਾ ਅਲੱਗ ਚੀਜ਼ਾਂ ਵੀ ਕਰ ਰਿਹਾ ਅੱਛਾ ਕਰ ਰਿਹਾ ਜੀ ਜਾਵੇਦ ਅਖਤਰ ਜੀ ਹੁਣ ਮਤਲਬ ਪੰਜਾਬ 'ਚ ਜੇ ਐਵੇਂ ਨਾਮ ਲੈਣੇ ਆ ਤਾਂ ਹੁਣ ਜਾਵੇਦ ਅਖਤਰ ਹੋਰਾਂ ਵਰਗਾ ਕੌਣ ਲਿਖ ਰਿਹਾ ਇੱਥੇ ਤੇ ਕੋਈ ਆਪਣਾ ਨਾਮ ਲੈ ਲਓ ਨਹੀਂ ਮੈਂ ਤਾਂ ਪਹਿਲਾਂ ਹੀ ਕਹਿ ਰਿਹਾ ਕਿ ਆਪਾਂ ਤੇ ਨਵੇਂ ਆ ਹਲ ਜੀ ਆਪਾਂ ਤਾਂ ਇੰਨਾ ਕੁਝ ਕੀਤਾ ਹੀ ਨਹੀਂ ਹੈ ਕਿ ਮੈਂ ਉਹਨਾਂ ਨਾਲ ਉਹਨਾਂ ਵਰਗਾ ਕਰਨ ਦੀ ਹੋ ਸਕਦਾ ਕਿਤੇ ਕਿਸੇ ਟਾਈਮ ਤੇ ਜਾ ਕੇ ਕੁਝ ਹੋ ਜਾਏਗਾ ਅਮਿਤਾਭ ਭੱਟਾਚਾਰਿਆ ਮੈਂ ਕਹਿੰਦਾ ਕਿਤੇ ਨਾ ਕਿਤੇ ਆਪਾਂ ਗਲਤ ਕੰਪੈਰੀਜ਼ਨ ਵਾਲੇ ਪਾਸੇ ਜਾ ਰਹੇ ਹਾਂ ਉਹ ਉਹਨਾਂ ਦਾ ਜੋਨਰ ਹੀ ਹੋਰ ਆ ਸਾਡੇ ਜਿਹੜੇ ਪੰਜਾਬੀ ਵਾਲੇ ਮੁੰਡੇ ਨੇ ਜਾਂ ਅਮਿਤਾਭ ਤੁਸੀਂ ਉਵੇਂ ਲੈਣਾ ਵਿੰਦਰ ਨੱਥੂ ਮਾਜਰੇ ਨੂੰ ਲੈ ਲਓ ਵਧੀਆ ਗਾਣੇ ਵੇਖ ਰਿਹਾ ਬਹੁਤ ਹਨਾ ਮੈਂ ਵਿੰਦਰ ਦਾ ਹੀ ਨਾਮ ਲੈ ਰਿਹਾ ਏ ਆਰ ਰਹਿਮਾਨ ਪੰਜਾਬ 'ਚ ਏ ਆਰ ਰਹਿਮਾਨ ਵਰਗਾ ਕੰਮ ਉਹਨਾਂ ਵਰਗਾ ਤਾਂ ਔਖਾ ਹੀ ਆ ਜੇ ਉਹਨਾਂ ਵਰਗੀਆਂ ਟਿਊਨਸ ਹਾਂ ਚਲੋ ਕਿਤੇ ਨਾ ਕਿਤੇ ਗੋਲਡ ਬੋਏ ਬਹੁਤ ਵਧੀਆ ਕਰ ਰਹੇ ਹੋ ਤਾਂ ਵਧੀਆ ਕਰ ਰਹੇ ਥੋੜ੍ਹਾ ਬਹੁਤ ਨਹੀਂ ਵਧੀਆ ਕਰ ਰਹੇ ਓਕੇ ਪ੍ਰਸੂਤ ਜੋਸ਼ੀ ਬਾਲੀਵੁੱਡ ਤੇ ਜ਼ਿਆਦਾ ਝੁਕਾਵ ਰਹੇਗਾ ਜਾਂ ਪੰਜਾਬੀ ਇੰਡਸਟਰੀ ਦੇ ਵਿੱਚ ਦੇਖੋ ਮੈਂ ਤਾਂ ਕਦੇ ਪਲਾਨ ਕੁਛ ਕੀਤਾ ਹੀ ਨਹੀਂ ਤੇ ਗਾਣੇ ਕਰੀ ਜਾਂਦਾ ਮੈਂ ਮੇਰਾ ਕੰਮ ਆ ਬਸ ਕਿ ਗਾਣੇ ਬਣਾਈ ਜੋ ਰੈਗੂਲਰ ਔਰ ਕਿਤੇ ਵੀ ਕਿਸੇ ਵੀ ਇੰਡਸਟਰੀ 'ਚੋਂ ਚਾਹੇ ਪੰਜਾਬੀ ਆ ਹਿੰਦੀ ਆ ਜਿੱਥੇ ਵੀ ਉਹ ਕਿਸੇ ਨੂੰ ਲੱਗਦਾ ਕਿ ਹਾਂ ਇਹ ਗਾਣਾ ਇੱਥੇ ਆ ਸਕਦਾ ਤਾਂ ਆਪਾਂ ਦੇ ਦਾਂਗੇ ਉਹਨਾਂ ਨੂੰ ਹਨਾ ਬਾਕੀ ਕੋਈ ਐਸ ਸੱਚ ਐਵੇਂ ਨਹੀਂ ਹੈ ਉੱਧਰ ਵੀ ਕਰੀ ਜਾਣੇ ਆ ਜੇ ਬਾਲੀਵੁੱਡ ਵਾਲੇ ਗੱਲ ਤਾਂ ਸਾਰੀ ਕੜੀਆਂ ਜੁੜਨ ਦੀ ਹੁੰਦੀ ਹੈ ਜੇ ਦੋ ਚਾਰ ਗਾਣੇ ਉੱਥੇ ਹਿੱਟ ਵੱਡੇ ਨਿਕਲ ਜਾਂਦੇ ਆ ਤੁਹਾਨੂੰ ਹੋਰ ਅਪਰੋਚ ਆਉਣੀ ਸ਼ੁਰੂ ਹੋ ਜਾਂਦੀ ਕਿ ਸਾਨੂੰ ਇਹਦੇ ਲਈ ਚਾਹੀਦਾ ਅਤੇ ਜੇ ਇੱਥੇ ਜਿਵੇਂ ਵੀ ਜੋ ਵੀ ਟਾਈਮ ਜਿਵੇਂ ਦਾ ਆਊਗਾ ਜੋ ਚੀਜ਼ਾਂ ਆਪਾਂ ਨੂੰ ਕਰਨ ਨੂੰ ਮਿਲਣਗੀਆਂ ਆਪਾਂ ਕਰਾਂਗੇ ਜੀ ਇੱਕ ਲਿਰਿਸਿਸਟ ਦੀ ਪਹਿਚਾਣ ਵੀ ਇੱਕ ਵੱਖਰੀ ਪਹਿਚਾਣ ਹੁੰਦੀ ਹੈ ਤੁਹਾਨੂੰ ਇਸ ਸਮੇਂ ਕੀ ਲੱਗਦਾ ਹੈ ਕਿ ਇੱਕ ਲਿਰਿਸਿਸਟ ਦੀ ਜਿਹੜੀ ਪਹਿਚਾਣ ਹੈ ਹੋਰ ਵੱਡੀ ਹੋਣੀ ਚਾਹੀਦੀ ਹੈ ਅਤੇ ਜੇ ਵੱਡੀ ਹੋਣੀ ਚਾਹੀਦੀ ਤਾਂ ਉਹ ਕਿਸ ਤਰ੍ਹਾਂ ਹੋ ਸਕਦੀ ਹੈ ਨਹੀਂ ਮਤਲਬ ਪਹਿਲੀ ਗੱਲ ਪਹਿਲਾਂ ਥੋੜ੍ਹਾ ਜਿਹਾ ਸੀਗਾ ਕਿ ਅਸੀਂ ਲਿਰਿਸਿਸਟ ਦਾ ਨਾਮ ਸੁਣਿਆ ਹੁੰਦਾ ਸੀ ਜਾਂ ਉਹਨਾਂ ਦੀਆਂ ਕੈਸਟਾਂ 'ਤੇ ਛੋਟੀਆਂ ਜਿਹੀਆਂ ਫੋਟੋਆਂ ਲੱਗੀਆਂ ਹੁੰਦੀਆਂ ਸੀ ਹੈ ਨਾ ਪਹਿਲਾਂ ਜੋ ਜ਼ਮਾਨਾ ਸੀਗਾ ਉਹਦੇ 'ਚ ਇੱਦਾਂ ਹੁੰਦਾ ਸੀ ਹੁਣ ਤਾਂ ਪਹਿਚਾਣ ਸਗੋਂ ਜਿਵੇਂ ਜਾਨੀ ਆ ਜਾਂ ਹੈਪੀ ਆ ਸਾਰਿਆਂ ਨੇ ਆਪਣੀ ਆਪਣੀ ਪਹਿਚਾਣ ਆਪੇ ਇੰਨੀ ਵੱਡੀ ਕਰ ਲਈ ਕਿ ਹਰ ਸਿੰਗਰ ਚਾਹੁੰਦਾ ਕਿ ਯਾਰ ਕਿਤੇ ਨਾ ਕਿਤੇ ਮੈਂ ਇਹਨਾਂ ਨਾਲ ਕੰਮ ਕਰਾਂ ਸਾਰੇ ਜਿੰਨੇ ਵੀ ਨਵੇਂ ਅਸੀਂ ਲਿਰਿਸਿਸਟ ਹਾਲੇ ਨਵੇਂ ਹੀ ਹਾਂ ਮੈਂ ਵਾਰ ਵਾਰ ਅਤੇ ਸਾਡੇ ਨਾਲ ਉਹ ਕਹਿੰਦੇ ਨੇ ਕਿ ਪਹਿਲਾਂ ਐਂ ਹੁੰਦਾ ਸੀਗਾ ਕਿ ਨਹੀਂ ਪਤਾ ਲੱਗਦਾ ਸੀ ਹੁਣ ਤਾਂ ਬਾਕੀ ਹਾਂ ਇੱਕ ਹੋਰ ਜਿਹੜਾ ਸਿਸਟਮ ਚੱਲ ਰਿਹਾ ਕਿਤੇ ਨਾ ਕਿਤੇ ਕਿ ਰਾਈਟਰ ਆਪ ਵੀ ਐਜ਼ ਅ ਸਿੰਗਰ ਅੱਗੇ ਆਉਣ ਲੱਗ ਗਏ ਔਰ ਵਧੀਆ ਚੀਜ਼ ਆ ਕਿ ਕਈ ਗਾਣੇ ਆ ਜਿਹੜੇ ਮੈਨੂੰ ਲੱਗਦਾ ਕਿ ਕੋਈ ਸਿੰਗਰ ਰਿਸਕ ਨਹੀਂ ਲੈਂਦਾ ਕਿ ਆਹ ਗਾਣਾ ਬੜੇ ਗਾਣੇ ਐਵੇਂ ਦੇ ਜਿਹੜੀ ਗੱਲ ਤੁਸੀਂ ਕਰ ਰਹੇ ਸੀਗੇ ਕਿਹੜਾ ਜੋਨਰ ਜਿਹੜੇ ਮੇਰੇ ਫੇਵਰੇਟ ਜੋਨਰ ਦੇ ਹਵਾ ਦੇ ਵਰਕੇ ਟਾਈਪ ਗਾਣੇ ਬੜੇ ਸਿੰਗਰ ਰਿਸਕ ਨਹੀਂ ਲੈਂਦੇ ਕਿ ਯਾਰ ਗਾਣੇ ਤਾਂ ਹੋਰ ਹਿਪ ਹੋਪ ਚੱਲ ਰਿਹਾ ਜੋ ਵੀ ਤਾਂ ਕਿਤੇ ਨਾ ਕਿਤੇ ਉਹ ਆਪ ਟਰਾਈ ਕਰਨੇ ਚਾਹੀਦੇ ਆ ਜਿਹੜੇ ਨਹੀਂ ਕੋਈ ਕਰ ਰਿਹਾ ਤਾਂ ਉਹ ਉਹ ਫਾਇਦਾ ਹੋ ਜਾਂਦਾ ਰਾਈਟਰ
ਅੱਗੇ ਨਿਕਲ ਆਉਂਦਾ ਉਹ ਚੀਜ਼ ਨਾਲ ਜੇ ਉਹ ਗਾਣੇ ਚੱਲ ਜਾਂਦੇ ਜੀ ਸੋ ਜਨ ਆਲੀ ਥੈਂਕ ਯੂ ਸੋ ਮੱਚ ਥੈਂਕ ਯੂ ਬਹੁਤ ਵਧੀਆ ਲੱਗਾ ਤੁਹਾਡੇ ਨਾਲ ਗੱਲ ਕਰਕੇ ਤੁਹਾਨੂੰ ਕਿਦਾਂ ਦਾ ਲੱਗਾ ਨਹੀਂ ਵਧੀਆ ਲੱਗਿਆ ਵਧੀਆ ਲੱਗਿਆ ਸੱਚੀ ਸੱਚੀ ਦੱਸ ਦੋ ਓਨੈਸਟਲੀ ਹਾਂ ਠੀਕ ਲੱਗਿਆ ਠੀਕ ਲੱਗਿਆ ਠੀਕ ਲੱਗਿਆ ਕਿ ਵਧੀਆ ਲੱਗਿਆ ਹਾਂ ਵਧੀਆ ਲੱਗਿਆ ਸੋ ਇਸ ਦੇ ਨਾਲ ਹੀ ਥੈਂਕ ਯੂ ਸੋ ਮੱਚ ਤੁਹਾਡਾ ਵੀ ਧੰਨਵਾਦ ਬਹੁਤ ਬਹੁਤ ਤੇ ਕਰੋਨਾ ਕਹਿੰਦੇ ਬਹੁਤ ਫੈਲਿਆ ਹੋਇਆ ਪਤਾ ਨਹੀਂ ਹੈ ਕਿ ਨਹੀਂ ਤੇ ਜੇ ਹੈਗਾ ਤੇ ਬਚੋ ਨਹੀਂ ਹੈਗਾ ਤੇ ਕੋਈ ਨਹੀਂ ਇੰਜੋਏ ਕਰੋ ਜ਼ਿੰਦਗੀ ਚਲੋ ਤੇ ਇਸ ਦੇ ਨਾਲ ਹੀ ਅਸੀਂ ਗੱਲ ਕੀਤੀ ਨਵੀਂ ਜੀ ਦੇ ਨਾਲ ਤੇ ਤੁਸੀਂ ਦੇਖਦੇ ਰਹੋ ਸੀਨ ਅਨਸੀਨ।